ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਕਰੰਟ ਇਸ਼ੂ ਲਈ ਚੱਲਦੇ ਹਾਂ ਬਰਨਾਲੇ। ਕਰਜ਼ੇ ਦੇ ਦੈਂਤ ਨੇ ਇੱਕ ਹੋਰ 24 ਸਾਲ ਦੇ ਨੌਜਵਾਨ ਨੂੰ ਖਾ ਲਿਆ। ਉਹ ਪਰਿਵਾਰ ਜਿਸ ਪਰਿਵਾਰ ਨੇ ਅਗਲੇ ਮਹੀਨੇ ਇਸੇ ਹੀ ਲੜਕੇ ਦੀ ਭੈਣ ਦੀ ਛਾਦੀ ਰੱਖੀ ਹੋਈ ਸੀ। ਔਰ ਅਗਲੀ ਦੁੱਖ ਭਰੀ ਖਬਰ ਹੈ ਦੋਸਤੋ ਕਿ ਇਸ ਲੜਕੇ ਦਾ ਵਿਆਹ ਹੋਇਆ ਸੀ, ਪਿਛਲੇ 5 ਮਹੀਨਿਆਂ ਤੋਂ ਇਸ ਦੀ ਪਤਨੀ ਗਰਭਵਤੀ ਸੀ। ਮਤਲਬ ਪਰਿਵਾਰ ਦੇਖੋ ਕਿੱਦਾਂ ਉਜੜਿਆ। ਔਰ ਪਿਛਲੇ 2 ਦਿਨਾਂ ਦੀ ਗੱਲ ਕਰ ਲਈਏ ਤਾਂ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਿਨ੍ਹਾਂ ਦੇ 4 ਪੀੜ੍ਹੀਆਂ ਤੋਂ 5ਵਾਂ ਮਤਲਬ ਇਹ ਹਾਦਸਾ ਹੋਇਆ ਸੀ, ਉਹ ਵੀ ਆਪਣੇ ਆਪ ਵਿੱਚ ਇੱਕ ਨੌਜਵਾਨ ਭਰਪੂਰ ਜਵਾਨੀ ਵਾਲਾ ਨੌਜਵਾਨ ਸੀ। ਲੇਕਿਨ ਆਖਿਰਕਾਰ ਕਦੋਂ ਇਹ ਸੁਧਰਨਗੇ ਹਾਲਾਤ? ਇਸ ਖਬਰ ਨਾਲ ਰਿਲੇਟਡ ਪੂਰੀ ਜਾਣਕਾਰੀ ਦੇਣ ਵਾਸਤੇ ਰਾਜੇਸ਼ ਕੁਮਾਰ ਜੀ ਮੇਰੇ ਨਾਲ ਬਰਨਾਲੇ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰਾਜੇਸ਼ ਜੀ, ਕੀ ਅਪਡੇਟ ਹੈ? ਇਸ ਤੋਂ ਇਲਾਵਾ ਹੋਰ ਕੀ ਅਪਡੇਟ ਹੈ ਤੁਹਾਡੇ ਕੋਲ? ਇਹ ਜਗਸੀਰ ਸਿੰਘ ਸੀਗਾ ਲੜਕਾ, ਔਰ 24 ਸਾਲ ਇਸ ਦੀ ਉਮਰ ਸੀਗੀ ਜੀ। ਕਰਜ਼ੇ ਦੇ ਕਾਰਨ ਜੋ ਰੋਜ਼ ਖੁਦਕੁਸ਼ੀਆਂ ਦਾ ਦੌਰ ਹੈਗਾ, ਸਮਨ ਦਾ ਨਾਮ ਨਹੀਂ ਲੈ ਰਿਹਾ ਬਰਨਾਲਾ ਜ਼ਿਲ੍ਹੇ ਦੇ ਵਿੱਚ। ਇਹ ਦੂਜੀ ਘਟਨਾ ਹੈਗੀ ਹੈ ਕਿ ਕਿਸਾਨੀ ਕਰਜ਼ੇ ਦੇ ਕਾਰਨ ਇੱਕ ਨੌਜਵਾਨ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈਗੀ ਹੈ, ਜੋ ਕਿ ਸਾਡੇ ਸਮਾਜ ਔਰ ਸਰਕਾਰ ਵਾਸਤੇ ਜੋ ਕਿ ਬਹੁਤ ਮਾੜੀ ਗੱਲ ਹੈਗੀ ਹੈ, ਕਿਉਂਕਿ ਇਹ ਰੁਝਾਨ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਜੋ ਮਨੁੱਖਤਾ ਦੇ ਪ੍ਰਤੀ ਇਹ ਵਧੀਆ ਵਤੀਰਾ ਨਹੀਂ ਰੱਖਦੇ ਜੀ। ਜੀ ਸੋ ਲੇਕਿਨ ਰਜੇਸ਼ ਜੀ, ਕਰਜ਼ੇ ਤਾਂ ਸਰਕਾਰਾਂ ਮਾਫ ਕਰਨ ਦੀ ਗੱਲ ਕਰਦੇ ਨੇ, ਹੋਰ ਸਾਲ ਬਾਅਦ ਵੋਟਾਂ ਆ ਜਾਣੀਆਂ, ਉਸ ਵੇਲਾ ਵੀ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਜਾਵੇਗੀ, ਇਹ ਲੋਕ ਕਿਉਂ ਨਹੀਂ ਫਿਰ ਉਸ ਸਮੇਂ ਜਵਾਬ ਦਿੰਦੇ? ਜੀ ਬਿਲਕੁਲ ਸੋਤਾ ਜੀ, ਇਸ ਮਾਮਲੇ ਦੇ ਵਿੱਚ ਗੱਲ ਇਹ ਹੈ ਕਿ ਦੋਨੋਂ ਜੋ ਕਿਸਾਨ ਹੈਗੇ ਦੋਨਾਂ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਹੈਗਾ। ਦੋਨਾਂ ਕੋਲੇ ਜੋ 2 ਏਕੜ ਤੋਂ ਘੱਟ ਜ਼ਮੀਨ ਸੀਗੀ, ਲੇਕਿਨ ਕਿਸੇ ਦਾ ਵੀ ਕੋਈ ਕਰਜ਼ਾ, ਦੋਨਾਂ ਦਾ ਵੀ ਜੋ ਕਿਸਾਨ ਪਰਿਵਾਰ ਸੀਗੇ ਦੋਨਾਂ ਦਾ ਕਰਜ਼ਾ ਨਹੀਂ ਮਾਫ ਹੋਇਆ ਜੀ ਸੋਤਾ ਜੀ। ਲੇਕਿਨ ਇਸ ਸੰਬੰਧ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ? ਜੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਇਸਦੇ ਕੋਲ 1.5 ਕਿੱਲੇ ਦੇ ਕਰੀਬ ਜ਼ਮੀਨ ਸੀਗੀ, 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀਗਾ, ਜਿਸ ਕਾਰਨ ਇਹ ਅਕਸਰ ਪਰੇਸ਼ਾਨ ਰਹਿੰਦਾ ਸੀਗਾ, ਉਸੇ ਕਾਰਨ ਹੀ ਜੋ ਇਸਨੇ ਇਹ ਸਟੈਪ ਚੱਕਿਆ ਹੈਗਾ। ਔਰ 1 ਮਹੀਨੇ ਬਾਅਦ ਇਸ ਦੀ ਭੈਣ ਦੀ ਸ਼ਾਦੀ ਵੀ ਸੀਗੀ? ਜੀ ਬਿਲਕੁਲ ਬਿਲਕੁਲ, ਅਗਲੇ ਮਹੀਨੇ ਇਸ ਦੀ ਭੈਣ ਦੀ ਸ਼ਾਦੀ ਸੀ, ਜਿਸ ਨੂੰ ਲੈ ਕੇ ਇਹ ਕਾਫੀ ਪਰੇਸ਼ਾਨ ਰਹਿ ਰਿਹਾ ਸੀਗਾ। ਸੋ ਇਸ ਮਾਮਲੇ ਵਿੱਚ ਰਜੇਸ਼ ਜੀ ਨੇ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਤੁਸੀਂ ਸੁਣ ਸਕਦੇ? ਉਹ ਜੀ ਸਾਡਾ ਭਤੀਜਾ ਲੱਗਦਾ ਸੀਗਾ, ਵੱਡੇ ਭਾਈ ਦਾ ਮੁੰਡਾ ਸੀ, 22-23 ਸਾਲ ਦਾ ਸੀਗਾ, ਅਤੇ ਉਹਦਾ ਨਾਂ ਜਗਸੀਰ ਸਿੰਘ ਸੀ ਜੀ, ਅਤੇ 4 ਭੈਣਾਂ ਦਾ ਭਾਈ ਸੀ ਕੋਈ, ਇੱਕ ਭੈਣ ਦਾ ਉਹਦਾ ਵਿਆਹ ਧਰਿਆ ਹੋਇਆ ਸੀ, ਉਹਦੇ ਟੈਂਸ਼ਨ 'ਚ ਰਹਿੰਦਾ ਸੀਗਾ ਵੀ ਅਸੀਂ ਕਿਵੇਂ ਵਿਆਹਾਂਗੇ, ਵੀ ਮੇਰੇ ਪਿਓ ਕੋਲ 1.5 ਕਿੱਲਾ ਵਾਹਣ ਦਾ, ਵੀ ਕੀ ਇਲਾਜ ਬਣੂਗਾ। ਉਸ ਦੇ ਟੈਂਸ਼ਨ ਦੇ ਵਿੱਚ ਇਹ ਸਪਰੇਅ ਦੀ ਕਾਰਨ ਪੀ ਗਿਆ ਜੀ। ਕਿੰਨਾ ਕਰਜ਼ਾ? ਕਿੰਨਾ ਸੀ ਕਰਜ਼ਾ ਜੀ? 8 ਲੱਖ ਰੁਪਇਆ ਸਿਰ ਸੀਗਾ, ਅਤੇ ਉਹਦੇ ਵਿੱਚੋਂ ਕੋਈ ਗੌਰਮੈਂਟ ਦੀ ਮਾਫੀ ਨਹੀਂ ਆਈ, ਅਤੇ ਉਹਦੇ ਕਾਰਨ ਇਹਨੇ ਸਪਰੇਅ ਪੀ ਲਈ। ਅਸੀਂ ਜੀ ਇੱਕ ਤਾਂ ਉਹਦੀ ਕਹਿੰਦੇ ਵੀ ਪਿਓ ਦੀ ਮਦਦ ਹੋ ਜੇ, ਇੱਕ ਜਿਹੜੀ ਗੁੱਡੀ ਵਿਆਹੁਣ ਵਾਲੀ ਹੈਗੀ ਉਹਦੇ ਵਾਸਤੇ ਸਰਕਾਰ ਉਹਦੀ ਮਦਦ ਕਰੇ, ਅਤੇ ਇੱਕ ਉਹਦਾ ਕਰਜ਼ਾ ਮਾਫ ਹੋ ਜੀ। ਘਰ ਦਾ ਵੀ ਕੁਛ ਨਹੀਂ ਸੀ ਹੈਗਾ, ਕਿਸੇ ਨਾਲ ਲੜਾਈ ਨਹੀਂ, ਪੜ੍ਹਾਈ ਨਹੀਂ, ਕੁਛ ਨਹੀਂ ਹੈਗਾ ਸੀ, ਬਸ ਥੋੜ੍ਹਾ ਜਿਹਾ ਕਰਜ਼ਾ ਦੇਣਾ ਸੀਗਾ ਅਤੇ ਵਿਆਹ ਕਰਨਾ ਸੀ, ਤਾਂ ਕਰਕੇ ਬਸ ਉਹਨੂੰ ਟੈਕਸਾਂ 'ਚ ਪਤਾ, 2 ਕਿੱਲਾ ਬਾਹਰ ਦਾ ਬਸ ਸਹੀ ਗੱਲ, ਟੈਕਸਾਂ ਲਏ ਆ। ਵਿਆਹ ਕਿੰਨੀ ਤਰੀਕ ਦਾ ਵਿਆਹ? ਵਿਆਹ 80 ਦੇ ਨਰਾਤਿਆਂ ਦਾ, ਕਹਿੰਦੇ ਸੀ ਅਸੀਂ ਦੇਣਾਗਾ। ਹੋਰ ਕੋਈ ਲੜਾਈ ਨਹੀਂ, ਪੜ੍ਹਾਈ ਨਹੀਂ, ਘਰੇ ਕੋਈ ਜੀ ਪੈਂਦਾ ਨਹੀਂ ਹੈਗਾ ਸੀ, ਨਾ ਮੇਰੇ ਡੈਡੀ, ਨਾ ਮੰਮੀ, ਨਾ ਬਹੂ, ਨਾ ਮੇਰੀ ਭੈਣ, ਇਕੱਲੇ ਹੀ ਸੀ ਘਰੇ। ਕੀ ਖਾਧਾ ਕੀ ਹੈ ਜੀ? ਦਵਾਈ ਵੀ ਕਹਿੰਦੇ ਲੈ ਕੇ ਆਏ, ਆਪ ਹੀ ਪੀਤੀ, ਸਾਨੂੰ ਨਹੀਂ ਪਤਾ ਵੀ ਕਿੱਥੋਂ ਲੈ ਕੇ ਆਏ, ਕਿਵੇਂ ਲੈ ਕੇ ਆਏ, ਫੈਕਟਰੀ ਲੱਗਾ ਸੀ ਤਨਖਾਹ। ਸਿੰਘ ਜੀ, ਅਤੇ ਇਹ ਜਗਸੀਰ ਸਿੰਘ ਸੀਗੇ, ਇਹਦੇ ਪਿਤਾ ਨੂੰ ਮਿੱਠੂ ਸਿੰਘ ਆ, ਇਹ 4 ਭੈਣਾਂ ਸਿਸਤੀਆਂ, ਇਹ ਕਰਜ਼ੇ ਕੰਨੂ ਤੰਗ ਸੀਗੇ ਬਹੁਤ ਜ਼ਿਆਦਾ, ਬੁੱਢੀ ਦਾ ਵਿਆਹ ਧਰਿਆ ਹੋਇਆ, ਇਸ ਕਰਕੇ ਇਹ ਸੁਸਾਈਡ ਕਰ ਗਿਆ। 1.5 ਏਕੜ ਜ਼ਮੀਨ ਸੀਗੀ ਉਸਦੀ, ਇਹ ਵਾਹੀ ਕਰਦੇ ਸੀਗੇ, ਜਿਸ ਕਰਕੇ ਘਰ ਦਾ ਗੁਜ਼ਾਰਾ ਜੀ ਹੁੰਦਾ ਸੀਗਾ ਇਹਨਾਂ ਦਾ। ਕਿੰਨਾ ਕਰਜ਼ਾ ਸੀ ਇਹਨਾਂ ਸਿਰ ਜੀ? 8 ਲੱਖ ਰੁਪਇਆ ਕਰਜ਼ਾ ਸੀ। ਵਿਆਹ ਕਦੋਂ ਰੱਖਿਆ ਸੀ? ਵਿਆਹ ਮੂਹਰੇ ਸੂਝ ਰਹੀ ਸੀਗੀ ਮਹੀਨੇ ਦਾ ਜੀ, ਮੂਹਰੇ ਬੁੱਢੀ ਦਾ, ਇਸ ਕਰਕੇ ਪਰੇਸ਼ਾਨ ਰਹਿੰਦਾ ਸੀ ਘਰੋਂ, ਇਸ ਕਰਕੇ ਸੁਸਾਈਡ। ਇਹ ਇਸ ਤਰ੍ਹਾਂ ਜੀ ਵੀ ਪਿੰਡ ਉੱਗੇ ਦਾ, ਉਗੋਗੇ ਪਿੰਡ ਸਾਡੇ ਸਾਣੇ 'ਚ ਪੈਂਦਾ, ਉੱਥੋਂ ਦਾ ਇਹ ਨੌਜਵਾਨ ਆ ਜਗਸੀਰ ਸਿੰਘ, ਸਨ ਆਫ ਮਿੱਠੂ ਸਿੰਘ, ਇਹਦੀ ਕਰੀਬ ਉਮਰ 23-24 ਸਾਲ ਉਮਰ ਹੈ, ਅਤੇ ਸ਼ਾਦੀਸ਼ੁਦਾ ਵੀ ਹੈ ਕਰੀਬ 1 ਸਾਲ 1.25 ਸਾਲ ਤੋਂ, ਅਤੇ ਇਹਦੀਆਂ 4 ਭੈਣਾਂ ਨੇ, ਜਿਹਦੇ ਵਿੱਚੋਂ 3 ਭੈਣਾਂ ਸ਼ਾਦੀਸ਼ੁਦਾ ਨੇ, 1 ਭੈਣ ਜਿਹੜੀ ਕੁਆਰੀ ਆ ਉਹਦਾ ਵਿਆਹ ਅੱਗੇ ਕਰਨਾ ਇਹਨਾਂ ਨੇ, ਅਤੇ ਇਹ ਥੋੜ੍ਹਾ ਜਿਹਾ ਇਹਨਾਂ ਦੇ ਘਰ ਦੇ ਵਿੱਚ ਆਰਥਿਕ ਪੱਖੋਂ ਵੀ ਕਹਿੰਦਾ ਸੀ ਵੀ ਉਹ ਭੈਣ ਦਾ ਵਿਆਹ ਕਰਨਾ ਅਤੇ ਪੈਸਿਆਂ ਦੀ ਜ਼ਰੂਰਤ ਹੈ, ਅਤੇ ਦਿਮਾਗੀ ਬੋਝ ਸੀ, ਦਿਮਾਗੀ ਬੋਝ ਦੇ ਕਾਰਨ ਇਹ ਆਪਣੀ ਕੋਈ ਜ਼ਹਿਰੀਲੀ ਦਵਾਈ ਪੀ ਗਿਆ, ਜਿਸ ਨੂੰ ਘਰ ਦੇ ਵਾਰਸਾਂ ਨੇ, ਇਹਦੇ ਫਾਦਰ ਨੇ ਉਹਨੂੰ
ਹੋਸਪਿਟਲ 'ਚ ਤਪੇ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਤੋਂ, ਉੱਥੋਂ ਰੈਫਰ ਹੋਣ 'ਤੇ ਉਹਨੂੰ ਬਠਿੰਡੇ ਹਸਪਤਾਲ 'ਚ ਭੇਜਿਆ ਗਿਆ, ਮੈਕਸ ਹੋਸਪਿਟਲ। ਉੱਥੇ ਉਹਦਾ ਇਲਾਜ ਚੱਲ ਰਿਹਾ ਸੀਗਾ ਅਤੇ ਇਹਨੇ ਆਪਦਾ ਬਿਆਨ ਵੀ ਖੁਦ ਦਿੱਤਾ ਅਤੇ ਫਾਦਰ ਨੇ ਇਹਦੀ ਵੀ ਸਟੇਟਮੈਂਟ ਦੀ ਪ੍ਰੋੜਤਾ ਕੀਤੀ ਸੀ ਵੀ ਇਸ ਤਰ੍ਹਾਂ ਇਹ ਵਾਕਿਆ ਹੋਇਆ। ਇਹਨਾਂ ਦੇ ਵਿਧਾਨਾਂ ਦੇ ਆਧਾਰ 'ਤੇ ਵਾਰਸਾਂ ਦੇ ਅਤੇ ਇਹਦੇ ਲੜਕੇ ਦੇ ਬਿਆਨ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਹੁਣ ਉਹਦੀ ਲਾਸ਼ ਦਾ ਪੋਸਟਮਾਰਟਮ ਵੀ ਹੋ ਗਿਆ ਵਾ ਅਤੇ ਜਿਹੜੀ 174 ਦੀ ਕਾਰਵਾਈ ਅਸੀਂ ਵਾਰਸਾਂ ਦੇ ਅਤੇ ਆਧਾਰ 'ਤੇ ਜੋ ਵੀ ਉਹਨਾਂ ਨੇ ਬਿਆਨ ਦਿੱਤਾ ਉਹਦੇ ਮੁਤਾਬਕ ਕੀਤੀ ਗਈ ਹੈ। ਸੋ ਦੋਸਤੋ, ਇਸ ਸੰਬੰਧ ਦੇ ਵਿੱਚ ਗੱਲਬਾਤ ਜੋ ਕੀਤੀ ਹੈ ਇਹਨਾਂ ਤੋਂ ਪਤਾ ਲੱਗਾ ਹੈ, ਔਰ ਵੈਸੇ ਵੀ ਸਾਲ ਦੋ ਸਾਲ ਬਾਅਦ ਇਲੈਕਸ਼ਨ ਹੋਣੀ ਹੈ, ਉਸ ਵੇਲਾ ਵੀ ਸਰਕਾਰਾਂ ਵੱਲੋਂ ਅਲੱਗ ਅਲੱਗ ਲੋਕਾਂ ਦੇ ਨਾਲ ਅਲੱਗ ਅਲੱਗ ਵਾਅਦੇ ਕੀਤੇ ਜਾਣਗੇ, ਕਰਜ਼ਿਆਂ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ, ਪਤਾ ਨਹੀਂ ਕਿਹੜੇ ਕਿਹੜੇ ਵਾਅਦੇ, ਲੇਕਿਨ ਲੋਕ ਉਦੋਂ ਇਹਨਾਂ ਲੋਕਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ। ਅੱਜ ਬੜੀ ਦੁੱਖ ਭਰੀ ਖਬਰ ਹੈ ਕਿ ਦੋ ਨੌਜਵਾਨ, ਇੱਕ 22 ਸਾਲ ਦਾ ਔਰ ਇੱਕ 24 ਸਾਲ ਦਾ, ਦੋ ਤਿੰਨਾਂ ਦਿਨਾਂ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਔਰ ਰੋਂਦੇ ਕਰਲਾਉਂਦੇ ਪਰਿਵਾਰ ਨੂੰ ਛੱਡ ਗਿਆ। ਕਦੋਂ ਹੋਵੇਗਾ ਇਹ ਘਾਟਾ ਪੂਰਾ? ਇਹ ਸੀ ਹੁਣ ਤੱਕ ਦੀ ਅਪਡੇਟ। ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।